सरसाने मुगला दे तक ले गुरु नालों विछड़े ने मां गुजरी दोलाल प्यारे ठंडिया पोराता ने उपरों हवा तेज पई चले पुछ दे दादी नू दादी माँ किथे हाँ चले पुछ दे गुजरी नू दादी माँ किथे हाँ चले दो वीरे पल पल याद सतावे माता जी नूं सवाल पुछदे ने साडे वड्डे वीर कित्थे चले गए ने जिन्हां नाल आनंदपुर साहिब दी धरती ते खेडदे रहे आ दो वीरे किधर चले गए ने दिस नहीं रहे माता जी कित्थे गए ने ते सानूं अपनी मां दी याद पल पल सता रही है कि ओह साडे नाल नहीं गुरु पिता जी नाल नहीं वड्डे वीर नाल नहीं माता जी नाल नहीं पुछदे ने कहिंदे कित्थे चले गए ने दादी मां नूं हुण निक्कियां निक्कियां उमरां पुछ रहियां ने फिर जिवें आपस विच गल्लां करदे ना कोई नहीं आ लैण दिओ जदे मैनूं वड्डा भरा मिलूगा वड्डे वीर मिलणगे पिता जी मिलणगे फिर सानूं मनाउणगे असीं रुस जाणा असीं मन्नणा नहीं वादा करांगे उहनां नाल आओ शर्म नहीं करीए जी दो वीरे कित्थे बापू नजरिया वे सानू मातावां दी दादी पल पल याद सतावे सब किथे तुर गए ने आपा क्यों रह गए कल्ले पुछ दे मां गुजरी नू दादी मां किथे हां चले पुछ दे मां गुजरी नू दादी मां किथे हां चले गुस्से हाँ वीराना नाही बापू असी बलाउणा आह पाता मनना नहीं ओ ना सानू जदों मना ਦੋਨੇ ਸਾਹਿਬਜ਼ਾਦੇ ਆਪਸ ਵਿੱਚ ਸਲਾਹ ਕਰਦੇ ਨੇ ਕਹਿੰਦੇ ਵੀਰਾਂ ਨਾਲ ਗੁੱਸੇ ਆ ਸਾਨੂੰ ਛੱਡ ਕੇ ਚਲੇ ਗਏ ਹੁਣ ਮਨਾਉਣਗੇ ਨਾ ਜਦੋਂ ਕਹਿੰਦੇ ਆਪਾਂ ਨਹੀਂ ਮੰਨਣਾ ਹੁਣ ਸਾਨੂੰ ਗੋਦੀ ਵੀ ਚੱਕਣਗੇ ਮਨਾਉਣਗੇ ਵੀ ਅਸੀਂ ਨਹੀਂ ਮੰਨਣਾ ਅਸੀਂ ਕਵਾਂਗੇ ਹਾਂ ਪਹਿਲਾਂ ਵਾਅਦਾ ਕਰੋ ਗਾਂ ਤੋਂ ਛੱਡ ਕੇ ਤਾਂ ਨਹੀਂ ਜਾਂਦੇ ਜਿਵੇਂ ਹੁਣ ਅਸੀਂ ਇਕੱਲੇ ਰਹਿ ਗਏ ਆਏ ਇਕੱਲੇ ਤਾਂ ਨਹੀਂ ਛੱਡ ਕੇ ਜਾਂਦੇ ਵਾਅਦਾ ਕਰਦੇ ਨੇ ਸਾਹਿਬਜ਼ਾਦੇ ਆਪਸ ਵਿੱਚ ਹਜੇ ਗੱਲਾਂ ਹੀ ਕਰੀ ਜਾਂਦੇ ਨੇ ਕਿ ਆਏ ਕਰਾਂਗੇ ਆਏ ਗੱਲਬਾਤ ਕਰਾਂਗੇ ਉਹਨਾਂ ਨਾਲ ਪਿਤਾ ਜੀ ਨੂੰ ਵਾਅਦੇ ਨਾਲ ਮਨਾਵਾਂਗੇ ਵੱਡੇ ਵੀਰਾਂ ਨੂੰ
ਮਨਾਵਾਂਗੇ ਅੱਗੇ ਤੋਂ ਛੱਡ ਕੇ ਤਾਂ ਨਹੀਂ ਜਾਂਦੇ, ਨਹੀਂ ਤਾਂ ਰੁੱਸੇ ਰਹਿਣਾ ਜਿੰਨਾ ਚਿਰ ਵਾਅਦਾ ਨਹੀਂ ਕਰਦੇ। ਫਿਰ ਛੱਡ ਕੇ ਜਾਇਓ ਨਾ ਰਾਜੀ ਹੋਵਾਂਗੇ ਇਸ ਗੱਲੇ, ਪੁੱਛਦੇ ਮਾਂ ਦਾਦੀ ਨੂੰ ਦਾਦੀ ਮਾਂ ਕਿੱਥੇ ਹਾਂ ਚੱਲੇ, ਪੁੱਛਦੇ ਮਾਂ ਗੁਜਰੀ ਨੂੰ ਦਾਦੀ ਮਾਂ ਕਿੱਥੇ ਹਾਂ ਚੱਲੇ, ਦਾਦੀ ਠੰਡ ਬਹੁਤੀ ਬੁੱਕਲ ਵਿੱਚ ਬਾਤ ਸੁਣਾ ਦੇ, ਦਸ ਗੁਰੂ ਅਰਜਨ ਦੇ ਬਾਰੇ ਕਿਤੋਂ ਨਿਕ ਤਵੀ ਚੋਂ ਆ ਜੇ। ਦਾਦੀ ਮਾਂ ਬੁਲਾਉਂਦੀ ਹੈ, ਸਾਹਿਬਜ਼ਾਦਿਆਂ ਨੂੰ ਮਨਾਉਂਦੀ ਹੈ, ਬੁੱਕਲ ਵਿੱਚ ਰਹਿੰਦੀ ਹੈ ਕਿਉਂਕਿ ਪੋਹ ਦਾ ਮਹੀਨਾ, ਕੱਪੜੇ ਵੀ ਗਿੱਲੇ ਨੇ, ਬੁੱਕਲ ਵਿੱਚ ਲੈ ਕੇ ਫਿਰ ਸਾਹਿਬਜ਼ਾਦਿਆਂ ਦਾ ਧਿਆਨ ਉਸ ਪਾਸੇ ਤੱਤੀ ਤਵੀ ਵਾਲੇ ਪਾਸੇ ਲੈ ਕੇ ਜਾਂਦੀ ਹੈ। ਕਦੇ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਦੀ ਸ਼ਹੀਦੀ ਯਾਦ ਕਰਾਉਂਦੀ ਹੈ, ਕਦੇ ਭਾਈ ਸਤੀ ਦਾਸ ਬਾਰੇ ਦੱਸਦੀ ਹੈ ਕਿਵੇਂ ਰੂਹ ਵਿੱਚ ਲਪੇਟ ਕੇ ਸ਼ਹੀਦ ਕੀਤਾ। ਖੋਰੇ ਕਿਤੇ ਤਵੀ ਦਾ ਨਿੱਘ ਮਿਲ ਜੇ, ਉਹ ਤੱਤੀ ਤਵੀ ਦਾ ਨਿੱਘ ਮਾਤਾ ਜੀ ਯਾਦ ਕਰਾਉਂਦੇ ਨੇ, ਧਿਆਨ ਦਵਾਉਂਦੇ ਨੇ ਸਾਹਿਬਜ਼ਾਦਿਆਂ ਨੂੰ ਕਿ ਉੱਧਰ ਧਿਆਨ ਦਿਓ ਤੱਤੀ ਤਵੀ ਵਾਲੇ ਪਾਸੇ। ਸਤੀ ਦਾਸ ਜੀ ਸੜ ਗਏ ਸੀ ਕਰਕੇ ਮੂੰਹ ਸਤਿਗੁਰ ਦੇ ਵੱਲੇ, ਪੁੱਛਦੇ ਮਾਂ ਗੁਜਰੀ ਨੂੰ ਦਾਦੀ ਮਾਂ ਕਿੱਥੇ ਹਾਂ ਚੱਲੇ, ਪੁੱਛਦੇ ਮਾਂ ਦਾਦੀ ਨੂੰ ਦਾਦੀ ਮਾਂ ਕਿੱਥੇ ਹਾਂ ਚੱਲੇ। ਸੁਖ ਦੀਪ ਬੇਸ਼ੱਕ ਨਿੱਕੇ ਪਰ ਵੱਡਿਆਂ ਤੋਂ ਸਿਆਣੇ, ਪੋਲੂ ਵਾਲਿਆਂ ਸਦ ਕਰਕੇ ਮੰਨ ਲੈ, ਉਹ ਮਾਲਕ ਦੇ ਪਾਣੇ ਅਸੀਂ ਭੁੱਲ ਕੇ ਉਹਨਾਂ ਨੂੰ ਅੱਜ ਕੱਲ ਰਾਹ ਮਿਰਜੇ ਦੇ ਮੱਲ ਲੈ। ਧੰਨ ਕੁਰਬਾਨੀ ਉਹਨਾਂ ਸਾਹਿਬਜ਼ਾਦਿਆਂ ਦੀ ਭੁੱਲ ਕੇ, ਰਾਹ ਕਿਹੜਾ ਫੜ ਲਿਆ ਸੀ ਮਿਰਜੇ ਸਾਹਿਬਾਂ ਵਾਲਾ, ਉਹ ਕਿਹੜੇ ਰਾਹ ਤੇ ਤੁਰ ਪਈ ਸਾਡੀ ਜਵਾਨੀ, ਪਰ ਯਾਦ ਕਰਨਾ ਸੀ ਉਹ ਨਿੱਕੀਆਂ ਨਿੱਕੀਆਂ ਉਮਰਾਂ ਨੂੰ, ਉਹਨਾਂ ਨੂੰ ਯਾਦ ਕਰਨਾ ਸੀ ਸਾਡੀ ਉਮਰਾਂ ਦੇ ਸਾਹਿਬਜ਼ਾਦੇ 17 ਤੇ 13 ਸਾਲ ਦੀ ਉਮਰ, ਪਰ ਕਰਕੇ ਦੀ ਕੀ ਦਿਖਾਇਆ ਉਹਨਾਂ ਨੇ, ਆਪਣੀ ਛੋਟੀਆਂ ਛੋਟੀਆਂ ਉਮਰਾਂ ਦੇ ਵਿੱਚ ਕੀ ਕਰਕੇ ਦਿਖਾਇਆ। ਉਹਨਾਂ ਵਰਗਾ ਜੀਵਨ ਬਣਾਉਣਾ ਸੀ ਪਰ ਭੁੱਲ ਗਏ, ਅੱਜ ਹੋਰ ਹੀ ਰਾਹ ਫੜ ਲਿਆ ਸਾਡੇ ਨੌਜਵਾਨਾਂ ਨੇ, ਅੱਜ ਸਾਡੀ ਨੌਜਵਾਨੀ ਕਿਸੇ ਹੋਰ ਹੀ ਰਾਹ ਤੇ ਪੈ ਚੁੱਕੀ ਹੈ, ਉਹਨਾਂ ਆਪਣੇ ਵੱਡਿਆਂ ਭਰਾਵਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਕੇ। ਅਸੀਂ ਭੁੱਲ ਕੇ ਉਹਨਾਂ ਨੂੰ ਅੱਜ ਕੱਲ ਰਾਹ ਮਿਰਜੇ ਦੇ ਮੱਲ ਲੈ, ਪੁੱਛਦੇ ਮਾਂ ਦਾਦੀ ਨੂੰ ਦਾਦੀ ਮਾਂ ਕਿੱਥੇ ਹਾਂ ਚੱਲੇ, ਪੁੱਛਦੇ ਮਾਂ ਗੁਜਰੀ ਨੂੰ ਦਾਦੀ ਮਾਂ ਕਿੱਥੇ ਹਾਂ ਚੱਲੇ।